अस्सलाम वालेकुम दोस्तों, मैं इजाज अहमद तुसा देखदे पए मेरा यूट्यूब चैनल सराकी व्लॉग। गाइस आज बारिश थी पी है, तो आज जरा ना धावण का मौका मिल गया सबको। गाइस ये धावण की पहली बारिश है, तो आज जरा ना को एंजॉय करने पे से बिल्कुल जरा ना धमदा पे मतलब देखते पे वे गर्मी है जरी ओ हुन समझ ना थोड़ी देर बाद खत्म दी है। हां ये आज तो सब जरा ना मैं तो थोड़ा सा गांव दिखे ना जो की में अंदर नजर आ। तू क्या करे था उदी? हाँ? क्या चू है? बारिश रहमत ही है। अब बार शेर। मजा आंदा पे? मजा आ जाता है पे। बहुत अजंगी बस बस ये चले देखते हैं। जक्का इरे इरे जक्का जीता कितना दिया इतना दिन दी? ऐसा कि अल्लाह पाक जी ने रहमत की जे अजो क्या बात है। ए सोना कितू कह रही बारिश के काम है कित गया से इतने भी कहते दग तो तेरा वाला माशाल्लाह स्पेशली है ना बन गए। हां ਇਹ ਹਨ ਤੇਰੇ ਚਾਵਲ? ਹਾਂ ਸੀ ਚਾਵਲ ਹੈ ਚਾਵਲ ਹੈ ਖੁੱਪੋ ਦੇ ਮਾਲਕ ਦਾ ਸਹੀ ਅੱਲਾ ਦੀ ਮਿਹਰਬਾਨੀ ਆ ਜੀ। ਮਿੱਟੀ ਕਟਾ ਲੈ ਗਏ ਸਹੀ ਮਿੱਟੀ ਕਟਾ ਤਾਂ ਲੈ ਗਏ। ਇਹ ਨਾ ਵਿੱਚ ਆਪਣੇ ਖੱਜਨ ਜਿਹੜਾ ਸਾਰਿਆਂ ਇਹ ਬੋ ਵਾਲਿਆਂ ਦੀ ਵਸਨ ਉਹ ਤਾਂ ਥੀ ਵਸਨ ਨਸੀਬ ਕੋ ਆਖੋ ਸੀ ਬੋਈਆਂ ਥੀ ਸੇ ਬੱਦ ਬੋਈ ਥੀ ਤੇ ਕਾਵਣ ਜਾਂ ਕੈਨਵੇ ਹੁਣ ਅੱਲਾ ਦੀ ਰਹਿਮਤ ਹੈ ਸੀ ਹੋਰ ਦਿਖਾ ਜੀ ਸੇ ਚਲੋ ਇੱਕ ਚੀਜ਼ ਦਾ ਫਾਇਦਾ ਥੀ ਤਾਂ ਦੂਜੀ ਚੀਜ਼ ਦਾ ਨੁਕਸਾਨ ਹੈ। 200 ਰੁਪਏ ਕਿਲੋ ਹੋਰ 50 ਰੁਪਏ ਕੋਈ ਕਹਿੰਦਾ ਜਿੱਥੇ ਖੱਜੀਆਂ ਦੇਖੀ ਤੁਸੀਂ ਹਲਾਲ ਖਰਾਬ ਕੀ ਕਰੋ। ਹਾਂ ਗਾਇਸ ਇਹ ਦੇਸ ਤੇ ਦੇਵੇ ਉੱਥੇ ਬਾਰਿਸ਼ ਦਿੰਦੀ ਪਈ ਹੈ ਅਤੇ ਇਹ ਮਾਹੌਲ ਦੇਖੋ ਸਾਰੇ ਗਾਉਂ ਦਾ। ਇਹ ਮੇਰਾ ਚਾਚਾ ਤੁਸੀਂ ਜਾਣ ਦੇਵੇ ਫਸਟ ਵਲੌਗ 'ਤੇ ਵੀ ਸਾਰੇ ਨਾਲ ਹਨ ਅਤੇ ਇਹ ਦੇਖ ਸਕਦੇ ਜੁਲੋ ਜੁਲੋ ਚਲੋ ਬਿਆਨ ਤਾਂ ਦਊਂ ਤਾਂ ਸਹੀ। ਇਹ ਕਿਆ ਤੇਰਾ ਪਾਣੀ ਹੁਣ ਵੀ ਨਾ ਪਏ ਕਿਆ ਸਾਰਿਆਂ ਦੇ ਵਿੱਚ? ਅੱਛਾ ਹੁਣ ਪਾਣੀ ਤੇਰਾ ਡਬਲ ਥੀ ਗਏ ਪਹਿਲੇ ਵੀ ਪਾਣੀ ਲਾਤੀ ਕਿਹੜਾ ਵੀ ਹੁਣ ਪਿਆ ਲੱਗ ਗਏ। ਸਾਰੇ ਪਿਲਾ ਆ ਵੇਖੋ ਭਰਿਆ ਕਰੇ ਫਾਰਮ ਭਰਿਆ ਕਰੇ ਮੱਛੀ ਛੋੜੇ ਸਨ
ਹੋਰ ਸਿੰਘ ਮੱਛਾਂ ਛੋੜ ਦੋ ਹਾਂ ਜਰਾ ਕੁਝ ਅਲੱਗ ਕਰੇ ਡੈ ਨਾ ਵੀ ਸਭ ਕਹਿ ਰਹੇ ਮੇਰੇ ਕਹਿੰਦਾ ਡਾਸਨ ਅਲੱਗ ਰਹੇ ਪਿੰਨੂ ਪੱਕਿਆ ਮੈਂ ਖਰਾਬ ਥੀ ਵੇ ਸਨ ਜਿਵੇਂ ਬਾਰਿਸ਼ ਦਾ ਪਾਣੀ ਪਏ ਜਿਤਨਾ ਵੀ ਪੱਕਿਆ ਖਜਿਆ ਉਹ ਖਰਾਬ ਥੀ ਵੇ ਸਨ ਇਹ ਤੁਸੀਂ ਦੇਖ ਸਕਦੇ ਵੇ ਫਿਲਹਾਲ ਇਹ ਤਾਂ ਖਮਦੇ ਸੀ ਕਿ ਤੱਲਾ ਬਾਰਿਸ਼ ਦੋ ਤੇ ਇਹ ਗੈਸ ਦੇਖ ਗਿਨੋ ਮੇਰਾ ਸਾਰਿਆਂ ਹੁਣ ਠਠਾਰੇ ਖੰਨੇ ਗਣਨ ਦੇਖੋ ਪਾਣੀ ਪਹਿਲੇ ਦਾ ਵੀ ਇਹ ਹੁਣ ਵਿਆਹ ਲੱਗ ਗਏ ਸਹੀ ਦੇਖੋ ਨਗਾਰਾ ਪਿੰਡ ਦਾ ਸਾਡੇ ਗਾਉਂ ਦਾ ਸਹੀ ਦੇਖੋ ਮਾਸ਼ਾਅੱਲਾ ਸਾਵਲ ਦੇ ਬਹਾਰਿਆਂ ਬਣ ਗਏ ਮੌਸਮ ਬੜਾ ਅੱਛਾ ਬਣ ਗਿਆ ਚੱਲੀ ਦਾ ਮੇਲਾ ਸਹੀ ਦੇਖ ਨੂੰ ਸਾਰੇ ਹਏ ਪਿੰਡ ਦਾ ਮੇਲੇ ਦੇਖਨੋ ਸੁਭਾਨ ਅੱਲਾ ਮੁਬਸ਼ਰ ਪੁੱਤ ਮਜ਼ਾ ਹੀ ਆ ਗਿਆ ਦੱਸ ਇਹ ਦੇਖ ਸਕਦੇ ਪਏ ਇਹ ਮੇਰੇ ਇਹ ਮੇਰੀ ਖੱਜੀ ਹੈ ਇਹ ਹੁਣ ਸਾਰੀ ਹੁਣ ਖੱਟੀ ਤੀ ਸਮੇਂ ਕੋਈ ਡਰ ਲੇਕਿਨ ਜ਼ਿਆਦਾ ਪੱਕੀ ਗਈ ਨਹੀਂ ਖੜੀ ਕੋਈ ਨਾ ਕੁਝ ਬਚ ਵੇ ਸੇ ਸੁਪਰ ਬਚ ਵੇ ਸੇ ਸੀ ਸਾਵੀ ਇੱਕ ਜੀ ਸਹੀ ਮੁਬਾਰਕ ਤੇ ਵੇ ਸੀ ਤੁਹਾਡੀ ਖੱਜੀ ਸਾਵੀ ਸੀ ਹਾਂ ਲੋ ਸੀ ਜੀ ਤੇ ਮੌਸਮ ਬੜਾ ਪਿਆ ਪਿੰਡ ਦਾ ਦੇ ਬਾਹਰ ਬਣ ਗਏ ਚਾਸ ਇੱਕ ਖੱਜੀ ਦਿਖਾਈ ਪਈ ਹੈ ਮਾਸ਼ਾਅੱਲਾ ਸੀ ਇਹ ਖਰਾਬ ਕੀ ਵੇ ਸੀ ਹੁਣ ਕੇ ਬਾਅਦ ਸੇ ਤਾਂ 200 ਰੁਪਏ ਤੋਂ 50 ਕੋਈ ਕਹਣਾ ਕਿ ਸੇ ਸੋਣਾ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਰੇ ਆਹੀਂਦੀਆਂ ਤੇ ਬਾਰਿਸ਼ ਥੀ ਹੋਣ ਨਾਲ ਇਹ ਕਿਸਾਨ ਹੈ ਜਿਹੜਾ ਬਹੁਤ ਬੇਹੱਦ ਪਰੇਸ਼ਾਨ ਹੈ ਸਾਰਿਆਂ ਡਹਿ ਹੋ ਜਾਂਦਾ ਖੈਰ ਸੀ ਨਸੀਬ ਮਾਲਕ ਦੇ ਵਾਲਾ ਰੋਜ਼ੀ ਦੇ ਵਾਲਾ ਮਾਲਕ ਸੀ ਮਾਲਕ ਦੇ ਸੇ ਹੋਣਾ ਇਹ ਕੋ ਭੁੱਖਾ ਵੀ ਲੈ ਗਾਇਸ ਇਹ ਦੇਖ ਸਕਦੇ ਵੇ ਇਹ ਮੇਰੇ ਗਾਉਂ ਦਾ ਮਾਹੌਲ ਹੈ ਸੋਹਣਾ ਮਾਹੌਲ ਬਣ ਗਏ ਸੀ ਅੱਲਾ ਦੀ ਰਹਿਮਤ ਅੱਲਾ ਪਾਕ ਨੇ ਕਰਮ ਕੀਤੇ ਗਰੀਬਾਂ ਤੇ ਅੱਜ ਮੌਜਾ ਜੰਗੀ ਤੇ ਚੜ ਪਈ ਹੈ ਬਾਰਿਸ਼ ਅੱਡੜੇ ਤੇ ਆ ਗਈਏ ਤੇ ਘਾਹ ਸਾਰਾ ਪੁੱਛਿਆ ਵੀ ਵੈਲਕਮ ਬੈਕ ਦੋਸਤੋ ਤੁਸੀਂ ਡਿੱਠੇ ਵੇ ਇਹ ਮਾਹੌਲ ਸਾਰੇ ਗਾਉਂ ਦਾ ਅੱਜ ਸਾਵਣ ਦੀ ਪਹਿਲੀ ਬਾਰਿਸ਼ ਆਈ ਅਤੇ ਬਸ ਛੋਟੀ ਜਿਹੀ ਇੱਕ ਵੀਡੀਓ ਹੈ ਜ਼ਿਆਦਾ ਲੰਬੀ ਕੈਂਸਲ ਕਰਨ ਦੇ ਤੁਸਾਂ ਕਨੇ ਵੀ ਟਾਈਮ ਕਹਿਣਾ ਹੋਸੇ ਅਤੇ ਅਸਾਂ ਕੋ ਦੇਸੋ ਨੈਕਸਟ ਵਲੋਗ ਤੱਕ ਇਜਾਜ਼ਤ ਅੱਲਾ ਹਾਫਿਜ਼ ਖੁਦਾ ਹਾਫਿਜ਼ ਬਾਏ ਸਹੀ ਅੱਲਾ ਮਿਹਰਬਾਨੀ ਖੁਸ਼ਹਾਲ ਜਿੱਥੇ ਰਹੋ ਖੁਸ਼ਹਾਲ ਰਹਿਣਾ ਔਰ ਦੁਆ ਵਿੱਚ ਰਹਿਣਾ ਅੱਲਾ ਪਾਕ ਸੁਣ ਜ਼ਿੰਦਗੀ ਦੇ